ਸੋ ਖਨੌਰੀ ਬਾਰਡਰ ਡਟੇ ਹੋਏ ਅੱਜ 11 ਵਜੇ ਦੀ ਕਾਲ ਦਿੱਤੀ ਹੋਈ ਕਿ ਹਰ ਹਾਲਤ ਦੇ ਵਿੱਚ ਦਿੱਲੀ ਕੂਚ ਕਰਨਾ ਹੀ ਕਰਨਾ ਹੈ। ਸੋ ਕਿਸਾਨ ਵੀਰ ਵੀ ਤਿਆਰ ਨੇ, ਦੇਖ ਸਕਦੇ ਹੋ ਤਸਵੀਰਾਂ, ਕਿਸਾਨ ਵੀਰ ਕ੍ਰਿਕਟ ਖੇਡਣ ਦੇ ਮੂਡ ਚ ਨੇ, ਕਹਿੰਦੇ ਕੋਈ ਅਥਰੂ ਗੈਸ ਦਾ ਗੋਲਾ ਆਊਗਾ ਤਾਂ ਛੱਕੇ ਮਾਰਾਂਗੇ। ਭਾਜੀ ਕਿੱਥੇ ਤੱਕ ਮਾਰੋਗੇ ਛੱਕੇ? ਲੰਬੇ ਛੱਕੇ ਜਾਣਗੇ ਹਰਿਆਣੇ ਚ, ਮੋੜ ਕੇ ਦਿੱਲੀ ਤੱਕ ਜਾਣਗੇ। ਪੂਰੀ ਤਿਆਰੀ ਤੁਸੀਂ ਇਹ ਕੀ ਕਿਵੇਂ ਤਿਆਰ ਕਰਿਆ ਫਿਰ? ਮਤਲਬ ਕਿ ਹਰ ਦਿਸ਼ਾ ਚ ਮਾਰੋਗੇ? ਜੇ ਸਿੱਧਾ ਮਾਰਨਾ ਹੋਵੇ ਫਿਰ ਕਿਵੇਂ? ਅੱਛਾ ਏਦਾਂ, ਜੇ ਇੱਥੇ ਆ ਗਿਆ, ਇੱਥੇ ਗਲ ਤੱਕ ਆ ਗਿਆ, ਅਥਰੂ ਗਿਆ, ਫਿਰ ਕਿਵੇਂ ਕਰੋਗੇ? ਉਹਦਾ ਸ਼ਾਟ ਦਿਖਾਇਓ ਏਦਾਂ। ਕਿਆ ਬਾਤ ਹੈ, ਦੇਖ ਸਕਦੇ ਹੋ ਪੂਰੀ ਟ੍ਰੇਨਿੰਗ ਹੈ ਇਹ। ਤੁਸੀਂ ਕੱਲੀ ਬੱਲੇ ਲੈ ਕੇ ਆਓ ਜਾਂ ਹੋਰ ਤੁਹਾਡੇ ਸਾਥੀ ਵੀ ਹੈਗੇ ਨੇ? ਆ ਰਹੇ ਨੇ ਬੱਲੇ ਲੈ ਕੇ? ਹਾਂ, 20 ਮੁੰਡੇ ਅਸੀਂ। ਕਿਆ ਬਾਤ ਹੈ ਵੀਰ ਜੀ, ਕਿਸ ਤਰ੍ਹਾਂ ਦੇਖਦੇ ਹੋ ਕ੍ਰਿਕਟ ਖੇਡਣ ਦੇ ਮੂਡ ਚ? ਤੁਸੀਂ ਨੇ ਸਾਨੂੰ ਟ੍ਰੇਨਿੰਗ ਦੀ ਗੱਲ ਦੱਸੀ ਨੇ, ਟ੍ਰੇਨਿੰਗ ਗੱਲ ਇਹ ਨਾ, ਅਸੀਂ ਜਿਹੜਾ ਪਿਛਲੀ ਵਾਰੀ ਧਰਨਾ ਲੱਗਿਆ ਸੀਗਾ, ਅਸੀਂ ਉਦੋਂ ਵੀ ਇਹ ਟ੍ਰੇਨਿੰਗ ਚਲਾਈ, ਉਦੋਂ ਬਹੁਤ ਕਾਮਯਾਬ ਹੋਈ ਇਹ ਚੀਜ਼। ਇਹ ਜਿਹੜਾ ਆਪਣਾ ਬੋਰੀ ਵਾਲਾ ਸਿਸਟਮ, ਇਹਦੇ ਟਾਈਮ ਲੱਗ ਜਾਂਦਾ, ਇੰਨੇ ਚ ਉਹ ਅਥਰੂ ਛੱਡ ਦਿੰਦਾ ਜੀ। ਤੇ ਇਹਦੇ ਨਾਲ ਜਦ ਵੀ ਇਹਦੇ ਟੱਲਾ ਲੱਗਿਆ, ਜਦ ਨੂੰ ਉਹਦਾ ਟਾਈਮ ਹੁੰਦਾ ਫਟਣ ਦਾ, ਉਹਦੇ ਨੇ ਵਾਪਸ ਕਰ ਦਿੰਦਾ ਉਹਨੂੰ। ਕਹਿਣ ਦਾ ਬਾਬਾ ਹਵਾ ਜੀ ਟੱਲੇ ਲੱਗਣਗੇ, ਜਾਨੀ ਕਿ ਬੰਦੇ ਤੋਂ 100 ਫੁੱਟ ਦੂਰ ਕਰ ਦਿੰਦਾ ਇਹ, ਜਿਵੇਂ ਜਿੰਨੇ ਵੀ ਹਿਸਾਬ ਨਾਲ ਬੰਦਾ ਜ਼ੋਰ ਨਾਲ ਮਾਰਦਾ। ਤੇ ਜਿਹੜਾ ਤੁਸੀਂ ਇੱਧਰ ਆਉਣ ਦੀ ਗੱਲ ਕਰਦੇ ਹੋ, ਇਹ ਦੂਰੋਂ ਦੇਖਣ ਚ ਆਉਂਦਾ ਨਾ, ਜਿਹੜਾ ਬੰਬ ਆਉਂਦਾ ਉਹਦਾ ਨਿਸ਼ਾਨਾ ਜਿਵੇਂ ਬਾਲ ਦਾ ਬਣਾਉਂਦੇ ਆ, ਉਦਾਂ ਹੀ ਬਣ ਜਾਂਦਾ ਇਹਦਾ ਵੀ। ਹਾਂ ਭਾਜੀ, ਇਹ ਤਾਂ ਪਲਾਸਟਿਕ ਦਾ ਅਸੀਂ ਤਾਰ ਰੱਖਿਆ, ਜੇ ਅਸੀਂ ਲੱਕੜ ਦਾ ਲਈਏ ਤਾਂ ਉਹ ਠੋਸ ਸੱਟ ਮਾਰ ਕੇ ਉਹਨੂੰ ਨੇੜੇ ਸਿੱਟ ਲੈਂਦਾ, ਇਹਦੇ ਚ ਜੰਪਿੰਗ ਹੋ ਜਾਂਦੀ ਹੈ। ਜੇ ਅਸੀਂ ਲੱਕੜ ਦਾ ਲਈਏ ਜਾਂ ਕੋਈ ਲੋਹੇ ਦਾ ਵਰਤੀਏ ਤਾਂ ਉਹ ਆਪਣਾ ਠੋਸ ਸੱਟ ਵੱਜ ਕੇ ਨਾ ਉਹ ਨੇੜੇ ਡਿੱਗ ਜਾਂਦਾ। ਇਹ ਵੀ ਤੁਸੀਂ ਮਤਲਬ ਕਿ ਪੂਰਾ ਇੱਥੇ ਸ਼ੋਧ ਕੀਤਾ ਹੋਇਆ ਟੈਕਨੀਕ, ਜਿਹੜਾ ਪਿਛਲੀ ਵਾਰੀ ਧਰਨਾ ਲੱਗਿਆ ਸੀਗਾ ਉਹਦੇ ਚ ਅਸੀਂ ਇਹਦੀ ਪੂਰੀ ਟ੍ਰੇਨਿੰਗ ਫੁੱਲ ਕਰਦੇ ਸੀ, ਫੁੱਲ ਲੈਣ ਜਮਾਇਨ। ਠੀਕ ਹੈ ਭਾਜੀ, ਜਿਵੇਂ ਹਵਾ ਚ ਬੁੱਚਲੋਗੇ ਤੁਸੀਂ, ਜਿਹੜਾ ਫਿਰ ਥੱਲੇ ਗਿਰ ਗਿਆ ਉਹਨੂੰ ਫਿਰ ਕਿਵੇਂ? ਥੱਲੇ ਵਾਲਾ ਸ਼ਾਟ ਵੀ ਲਗਾ ਦੋ, ਗਿਰਨ ਦਾ ਟਾਈਮ ਹੀ ਨਹੀਂ ਮਿਲਦਾ। ਪੂਰਾ ਪ੍ਰਬੰਧ ਹੈ, ਬੋਰੀ ਰੱਖੀ ਹੈ ਨਾਲ। ਅੱਛਾ ਬੋਰੀ, ਠੀਕ ਹੈ। ਬੋਰੀ ਦਾ ਜਿਹੜਾ ਕੰਮ ਹੈ ਉਹ ਸੈਕਿੰਡ ਤੇ, ਫਸਟ ਚ ਕੰਮ ਇਹਦਾ ਹੈ। ਬਾਪੂ ਜੀ ਤੁਸੀਂ ਵੀਰ ਜੀ, ਤੁਸੀਂ ਕੀਪਿੰਗ ਵੀ ਦਸਤਾਨੇ ਪਾਈ ਫਿਰਦੇ ਹੋ? ਕਿਆ ਬਾਤ ਆ, ਦੇਖੋ ਜੀ ਦਸਤਾਨਾ ਕਿੱਥੇ ਤੁਹਾਡਾ? ਦਸਤਾਨਾ ਉੱਥੇ ਆਪਣੀ ਟਰਾਲੀ ਚ ਪਿਆ, ਅੱਗੇ ਟਰਾਲੀ ਖੜੀ ਆਪਣੀ, ਹੈਲਮੈਟ ਹੈਲਮੈਟ ਵੀ ਸਭ ਕੁਝ ਪਿਆ। ਤਿਆਰੀ ਕਿਵੇਂ ਕੈਚ ਕਰਕੇ ਦਿਖਾਓਗੇ? ਏਦਾਂ ਕੈਚ ਕਰਿਆ ਨਾਲ ਦੀ ਨਾਲ ਵਾਪਸ ਮਾਰਿਆ ਜਾਊਗਾ। ਕਿਆ ਬਾਤ ਹੈ, ਦੇਖ ਸਕਦੇ ਹੋ ਜੀ ਪੂਰੀ ਕ੍ਰਿਕਟ ਟੀਮ ਬਣੀ ਪਈ ਇੱਥੇ। ਸਕਿੰਟਾਂ ਦਾ ਕੰਮ ਹੈ ਇਹਦੇ ਨਾਲ ਸਾਡਾ। ਅੱਛਾ ਜੀ, ਮਿੰਟਾਂ ਸਕਿੰਟਾਂ ਦਾ, ਆਪਣਾ ਸਕਿੰਟਾਂ ਦੇ ਹਿਸਾਬ ਚ ਮਿੰਟ ਦਾ, ਚਲੋ ਬਹੁਤ ਦੂਰ ਭੱਗ ਗਈ, ਜਾਨੀ ਇੱਕ ਦੋ ਸਕਿੰਟਾਂ ਚ ਹੀ ਕੰਮ ਹੈ। ਠੀਕ ਹੈ, ਹਾਂ ਇੱਕ ਦੋ ਸਕਿੰਟ ਲੈ ਕੇ ਜਾਊਗਾ ਫਿਰ ਅੱਜ ਕਿਸਾਨ ਵੀਰ। ਖਨੌਰੀ ਬਾਰਡਰ ਤੇ ਕ੍ਰਿਕਟ ਦਾ ਮੈਦਾਨ ਬਣ ਚੁੱਕਿਆ, ਛੱਕੇ ਤੇ ਛੱਕੇ ਲਾਉਣਗੇ। ਸੋ ਇਹ ਖਨੌਰੀ ਬਾਰਡਰ ਦੀ ਤਸਵੀਰ ਹੈ, ਹੋਰ ਵੀ ਅਸੀਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ, ਸਾਡੇ ਨਾਲ ਬਣੇ ਰਹੋ। ਮੇਰੇ ਸੋਗੀ ਅਮਨ ਦੇ ਨਾਲ ਮੈਂ ਰਾਜੀ ਸ਼ਰਮਾ, ਡੇਲੀ ਪੋਸਟ ਪੰਜਾਬੀ।